ਹਾਂਜੀ ਪਿਆਰੇ ਬੱਚਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਅੱਜ 6ਵੀਂ ਜਮਾਤ ਦੀ ਪੰਜਾਬੀ ਦਾ ਪਾਠ ਨੰਬਰ 2 ਮੈਂ ਪਾਇਲਟ ਬਣਾਂਗੀ, ਜੋ ਕਿ ਇੱਕ ਕਹਾਣੀ ਹੈ, ਉਸਦੀ ਵਿਆਖਿਆ ਕਰਨ ਜਾ ਰਹੇ ਹਾਂ। ਪਾਇਲਟ ਕੀ ਹੁੰਦਾ ਬੱਚਿਓ? ਹਵਾਈ ਜਹਾਜ਼ ਨੂੰ ਚਲਾਉਣ ਵਾਲੇ ਨੂੰ ਅਸੀਂ ਪਾਇਲਟ ਆਖ ਦਿੰਦੇ ਹਾਂ। ਇਹ ਜਿਹੜੀ ਅੱਜ ਮੈਂ ਤੁਹਾਨੂੰ ਕਹਾਣੀ ਦੱਸਣ ਜਾ ਰਹੀ ਹਾਂ, ਇਹ ਕਹਾਣੀ ਹੈ ਕਿ ਹਵਾਈ ਜਹਾਜ਼ ਬਣਨ ਦੇ ਪਿੱਛੇ ਦੀ ਕੀ ਮਤਲਬ ਕਹਾਣੀ ਹੈ, ਉਹ ਸਾਰੀ ਤੁਹਾਨੂੰ ਮੈਂ ਦੱਸਣ ਜਾ ਰਹੀ ਹਾਂ। ਹਰ ਇੱਕ ਚੀਜ਼ ਜੋ ਅੱਜ ਸਾਡੇ ਸਾਹਮਣੇ ਮੌਜੂਦ ਹੈ, ਉਸਦੇ ਪਿੱਛੇ ਕੋਈ ਨਾ ਕੋਈ ਕਹਾਣੀ ਹੁੰਦੀ ਹੈ। ਅਤੇ ਅੱਜ ਜੋ ਅਸੀਂ ਹਵਾਈ ਜਹਾਜ਼ ਵੇਖਦੇ ਹਾਂ, ਇਸਦੇ ਪਿੱਛੇ ਕੀ ਕਹਾਣੀ ਹੈ, ਇਹ ਮੈਂ ਤੁਹਾਨੂੰ ਇਸ ਕਹਾਣੀ ਦੇ ਵਿੱਚ ਦੱਸਾਂਗੀ। ਆਓ ਕਹਾਣੀ ਪੜ੍ਹਦੇ ਹਾਂ। ਐਤਵਾਰ ਦਾ ਦਿਨ ਸੀ, ਸਾਰੇ ਛੱਤ ਉੱਤੇ ਬੈਠੇ ਧੁੱਪ ਸੇਕ ਰਹੇ ਸਾਂ। ਮੰਮੀ ਅਖਬਾਰ ਪੜ੍ਹ ਰਹੇ ਸਨ, ਪਾਪਾ ਮੈਨੂੰ ਪੜ੍ਹਾ ਰਹੇ ਸਨ। ਅਚਾਨਕ ਬਹੁਤ ਤੇਜ਼ ਆਵਾਜ਼ ਕਰਦਾ ਹੋਇਆ ਹਵਾਈ ਜਹਾਜ਼ ਸਾਡੇ ਕੋਠੇ ਉੱਪਰੋਂ ਲੰਘਿਆ। ਮੇਰਾ ਧਿਆਨ ਪੜ੍ਹਨ ਵੱਲੋਂ ਹਟ ਗਿਆ ਅਤੇ ਮੈਂ ਅਸਮਾਨ ਵੱਲ ਦੇਖਣ ਲੱਗੀ। ਮੈਂ ਹਵਾਈ ਜਹਾਜ਼ ਨੂੰ ਉਦੋਂ ਤੱਕ ਦੇਖਦੀ ਰਹੀ ਜਦੋਂ ਤੱਕ ਕਿ ਉਹ ਪਲਾਂ ਛਿਨਾਂ ਵਿੱਚ ਮੇਰੀਆਂ ਅੱਖੋਂ ਓਹਲੇ ਨਾ ਹੋ ਗਿਆ। ਮੈਂ ਸੋਚ ਰਹੀ ਸੀ, ਕਾਸ਼ ਮੈਂ ਵੀ ਇੰਝ ਹੀ ਉੱਡ ਸਕਦੀ। ਇਸ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਇੱਕ ਲੜਕੀ ਹੈ ਇਸ ਕਹਾਣੀ ਦੇ ਵਿੱਚ, ਜੋ ਕਿ ਦੱਸ ਰਹੀ ਹੈ ਕਿ ਐਤਵਾਰ ਦਾ ਦਿਨ ਸੀ, ਸਾਰੇ ਜਿਹੜੇ ਸੀ ਛੱਤ 'ਤੇ ਬੈਠੇ ਧੁੱਪ ਸੇਕ ਰਹੇ ਸੀ। ਉਸਦੇ ਮੰਮਾ ਅਖਬਾਰ ਪੜ੍ਹ ਰਹੇ ਸੀ ਅਤੇ ਪਾਪਾ ਉਸ ਲੜਕੀ ਨੂੰ ਪੜ੍ਹਾ ਰਹੇ ਸੀ। ਤਾਂ ਅਚਾਨਕ ਉੱਥੋਂ ਇੱਕ ਹਵਾਈ ਜਹਾਜ਼ ਲੰਘਦਾ ਹੈ, ਜਿਹੜਾ ਕਿ ਦੇਖ ਕੇ ਉਹਦਾ ਜਿਸ ਹਵਾਈ ਜਹਾਜ਼ ਨੂੰ ਦੇਖ ਕੇ ਉਸ ਲੜਕੀ ਦਾ ਧਿਆਨ ਪੜ੍ਹਨ ਵੱਲੋਂ ਹਟ ਜਾਂਦਾ ਹੈ। ਅਤੇ ਉਹ ਉਸ ਜਹਾਜ਼ ਨੂੰ ਉਦੋਂ ਤੱਕ ਦੇਖਦੀ ਰਹਿੰਦੀ ਹੈ ਜਦੋਂ ਤੱਕ ਉਹ ਅੱਖਾਂ ਤੋਂ ਓਹਲੇ ਨਾ ਹੋ ਗਿਆ। ਮਤਲਬ ਪਲਾਂ ਛਿਨਾਂ ਵਿੱਚ ਦਾ ਮਤਲਬ ਹੁੰਦਾ ਹੈ ਮਿੰਟਾਂ ਵਿੱਚ, ਸਕਿੰਟਾਂ ਦੇ ਵਿੱਚ, ਬਹੁਤ ਜਲਦੀ ਪਲਾਂ ਛਿਨਾਂ ਦੇ ਵਿੱਚ। ਅਤੇ ਉਹ ਸੋਚਦੀ ਹੈ ਕਿ ਕਾਸ਼ ਮੈਂ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਜਹਾਜ਼ ਉੱਡ ਰਿਹਾ ਹੈ ਉੱਡ ਸਕਦੀ। ਤਾਂ ਮੈਨੂੰ ਅਸਮਾਨ ਵੱਲ ਦੇਖ ਕੇ ਪਾਪਾ ਨੇ ਪੁੱਛਿਆ, ਬੇਟੀ ਸ਼ਾਇਦ ਤੂੰ ਵੀ ਉਸ ਹਵਾਈ ਜਹਾਜ਼ ਬਾਰੇ ਹੀ ਸੋਚ ਰਹੀ ਹੈ। ਹਾਂ ਪਾਪਾ, ਮੈਂ ਸੋਚ ਰਹੀ ਸੀ, ਕਾਸ਼ ਮੈਂ ਵੀ ਇੰਝ ਉੱਡ ਸਕਦੀ। ਹਾਂ ਬੇਟਾ, ਜਿਵੇਂ ਜਹਾਜ਼ ਨੂੰ ਵੇਖ ਕੇ ਤੇਰਾ ਉੱਡਣ ਨੂੰ ਜੀ ਕੀਤਾ ਹੈ, ਇਸੇ ਤਰ੍ਹਾਂ ਪਹਿਲਾਂ ਪਹਿਲ ਪੰਛੀਆਂ ਨੂੰ ਉੱਡਦਿਆਂ ਵੇਖ ਕੇ ਹੀ ਮਨੁੱਖ ਦੇ ਦਿਲ ਵਿੱਚ ਉੱਡਣ ਦੀ ਇੱਛਾ ਨੇ ਜਨਮ ਲਿਆ। ਸਭ ਤੋਂ ਪਹਿਲਾਂ ਮਨੁੱਖ ਨੇ ਹੱਥਾਂ ਨਾਲ ਬਣਾਉਟੀ ਖੰਭ ਲਾ ਕੇ ਪੰਛੀਆਂ ਵਾਂਗ ਉੱਡਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਜਿਹਾ ਕਰਨ ਵਿੱਚ ਬਹੁਤਾ ਸਫਲ ਨਾ ਹੋਇਆ। ਫਿਰ ਤਾਂ ਮਨੁੱਖ ਹਿੰਮਤ ਹਾਰ ਕੇ ਬੈਠ ਗਿਆ ਹੋਣਾ, ਮੈਂ ਪਾਪਾ ਜੀ ਨੂੰ ਸਵਾਲ ਕੀਤਾ। ਤਾਂ ਅੱਗੇ ਕਹਾਣੀ ਦੇ ਵਿੱਚ ਕੀ, ਜਦੋਂ ਉਸਨੂੰ ਅਸਮਾਨ ਵੱਲ ਵੇਖਦੇ ਉਹਦੇ ਪਾਪਾ ਵੇਖਦੇ ਹੈ, ਤਾਂ ਉਹ ਪੁੱਛਦੇ ਕਿ ਬੇਟਾ ਕੀ ਤੂੰ ਵੀ ਇਸ ਹਵਾਈ ਜਹਾਜ਼ ਬਾਰੇ ਸੋਚ ਰਹੀ ਹੈ? ਉਹ ਕਹਿੰਦੀ ਹਾਂ ਪਾਪਾ, ਮੈਂ ਸੋਚ ਰਹੀ ਹਾਂ, ਕਾਸ਼ ਮੈਂ ਵੀ ਇਸੇ ਤਰ੍ਹਾਂ ਉੱਡ ਸਕਦੀ। ਤਾਂ ਇਹਦੇ ਵਿੱਚ ਕੁਛ ਸ਼ਬਦ ਆਏ ਜਿਵੇਂ ਬੇਟਾ ਬਣਾਉਟੀ, ਬਣਾਉਟੀ ਹੁੰਦਾ ਆਰਟੀਫਿਸ਼ਲ, ਜਿਹੜੇ ਕਿ ਬਣਾਵਟੀ ਅਸੀਂ ਬਣਾਉਂਦੇ ਹਾਂ, ਕੁਦਰਤ ਵੱਲੋਂ ਨਹੀਂ ਬਣਾਏ ਜਾਂਦੇ। ਤਾਂ ਉਸ ਇੱਕ ਹੁੰਦਾ ਅੱਗੇ ਆਇਆ ਹਿੰਮਤ, ਹਿੰਮਤ ਦਾ ਮਤਲਬ ਹੁੰਦਾ ਹੌਂਸਲਾ। ਤਾਂ ਉਹਦੇ ਪਾਪਾ ਕਹਿੰਦੇ ਹਾਂ ਬੇਟਾ, ਵੀ ਜਿਸ ਤਰ੍ਹਾਂ ਤੂੰ ਇਸ ਜਹਾਜ਼ ਨੂੰ ਦੇਖ ਕੇ ਉੱਡਣ ਬਾਰੇ ਸੋਚਿਆ ਹੈ, ਪਹਿਲਾਂ ਮਨੁੱਖ ਨੇ ਵੀ ਪੰਛੀਆਂ ਨੂੰ ਵੇਖ ਕੇ ਇਸੇ ਤਰ੍ਹਾਂ ਉੱਡਣ ਦੀ ਇੱਛਾ ਜ਼ਾਹਿਰ ਕੀਤੀ ਸੀ, ਉਹਦੇ ਅੰਦਰ ਇਸ ਇੱਛਾ ਨੇ ਜਨਮ ਲਿਆ ਸੀ। ਅਤੇ ਫਿਰ ਉਹ ਉੱਡਣ ਦੀ ਕੋਸ਼ਿਸ਼ ਕਰਦਾ ਰਿਹਾ, ਕਰਨ ਲੱਗ ਪਿਆ। ਉਹਨੇ ਬਣਾਉਟੀ ਖੰਭ ਲਾਏ ਅਤੇ ਪੰਛੀਆਂ ਦੀ ਤਰ੍ਹਾਂ ਉੱਡਣਾ ਚਾਹਿਆ, ਪਰ ਉਹ ਇਸ ਆਪਣੀ ਜਿਹੜੀ ਕੋਸ਼ਿਸ਼ ਹੈ ਉਹਦੇ ਵਿੱਚ ਸਫਲ ਨਾ ਹੋਇਆ। ਫਿਰ ਉਹ ਲੜਕੀ ਨੇ ਸਵਾਲ ਕੀਤਾ ਕਿ ਪਾਪਾ, ਫਿਰ ਤਾਂ ਮਨੁੱਖ ਹੈ ਜਿਹੜਾ ਹਿੰਮਤ ਹਾਰ ਕੇ ਬੈਠ ਗਿਆ ਹੋਏਗਾ, ਉਹਨੂੰ ਜਦ ਸਫਲਤਾ ਨਹੀਂ ਮਿਲੀ? ਤਾਂ ਉਹਦੇ ਪਾਪਾ ਅੱਗੇ ਕੀ ਕਹਿੰਦੇ, ਨਹੀਂ ਪੁੱਤਰ, ਬੰਦੇ ਡਿੱਗ ਡਿੱਗ ਕੇ ਹੀ ਸਵਾਰ ਹੁੰਦੇ ਨੇ। ਮਨੁੱਖ ਨੇ ਉੱਡਣ ਲਈ ਹੋਰ ਬਹੁਤ ਸਾਰੇ ਢੰਗ ਲੱਭੇ। ਫਰਾਂਸ ਵਿੱਚ ਕਾਗਜ਼ ਦੇ ਵੱਡੇ ਵੱਡੇ ਗੁਬਾਰੇ ਬਣਾ ਕੇ ਉਡਾਏ ਗਏ। ਗੁਬਾਰੇ ਦੇ ਹੇਠਲੇ ਹਿੱਸੇ ਵਿੱਚ ਇੱਕ ਬਰਤਨ ਲਟਕਾ ਕੇ ਉਸ ਵਿੱਚ ਅੱਗ ਜਲਾਈ ਜਾਂਦੀ ਸੀ, ਤਾਂ ਜੋ ਗੁਬਾਰੇ ਵਿਚਲੀ ਹਵਾ ਗਰਮ ਹੋ ਕੇ ਆਮ ਹਵਾ ਨਾਲੋਂ ਹੌਲੀ ਹੋ ਕੇ ਉੱਪਰ ਨੂੰ ਉੱਠੇ ਅਤੇ ਗੁਬਾਰੇ ਨੂੰ ਵੀ ਉਤਾਂ ਵੱਲ ਲੈ ਜਾਵੇ। ਫਰਾਂਸ ਦੇ ਰਾਜਾ ਅਤੇ ਰਾਣੀ ਦੇ ਸਾਹਮਣੇ ਪਹਿਲੀ ਵਾਰੀ ਗੁਬਾਰੇ ਨਾਲ ਇੱਕ ਟੋਕਰੀ ਜਿਹੀ ਬੰਨ ਕੇ ਉਸ ਵਿੱਚ ਇੱਕ ਭੇਡ, ਇੱਕ ਮੁਰਗਾ, ਇੱਕ ਬੱਤਕ ਨੂੰ ਬਿਠਾ ਕੇ ਉਸ ਵਿੱਚ ਉਡਾਇਆ ਗਿਆ। ਇਸ ਤੋਂ ਬਾਅਦ ਮਨੁੱਖ ਵੀ ਗੁਬਾਰੇ ਨਾਲ ਬੰਨੀ ਇੱਕ ਟੋਕਰੀ ਵਿੱਚ ਬਹਿ ਕੇ ਉੱਡੇ। ਇਹ ਮਨੁੱਖ ਦੀ ਪਹਿਲੀ ਉਡਾਣ ਸੀ। ਉਸਦੇ ਪਾਪਾ ਕਹਿੰਦੇ, ਨਹੀਂ ਬੇਟਾ, ਮਨੁੱਖ ਨੇ ਇਸ 'ਤੇ ਹਿੰਮਤ ਨਹੀਂ ਹਾਰੀ, ਸਗੋਂ ਉਹਨੇ ਨਵੇਂ ਨਵੇਂ ਤਰੀਕੇ ਜਿਹੜੇ ਆ ਉਹ ਲੱਭਣੇ ਸ਼ੁਰੂ ਕਰ ਦਿੱਤੇ ਉੱਡਣ ਦੇ ਲਈ। ਫਰਾਂਸ ਦੇ ਵਿੱਚ ਕੀ ਕੀਤਾ ਗਿਆ ਕਿ ਵੱਡੇ ਵੱਡੇ ਕਾਗਜ਼ ਦੇ ਗੁਬਾਰੇ ਬਣਾਏ ਗਏ, ਉਹਦੇ ਵਿੱਚ ਉਹਨਾਂ ਨੂੰ ਦੇ ਵਿੱਚ ਫਿਰ ਹੇਠਾਂ ਇੱਕ ਬਰਤਨ ਬੰਨ ਕੇ ਉਹਦੇ ਵਿੱਚ ਅੱਗ ਬਾਲੀ ਗਈ, ਅਤੇ ਤਾਂ ਕਿ ਜਿਹੜੀ ਹਵਾ ਹੈ ਗੁਬਾਰੇ ਵਿਚਲੀ ਉਹ ਗਰਮ ਹੋ ਜਾਵੇ। ਅਤੇ ਗਰਮ ਹਵਾ ਹਮੇਸ਼ਾ ਹਲਕੀ ਹੁੰਦੀ ਹੈ, ਹਲਕੀ ਹੋ ਕੇ ਉਹ ਗੁਬਾਰੇ ਨੂੰ ਉੱਪਰ ਲੈ ਜਾਵੇ। ਫਿਰ ਕੀ, ਪਹਿਲੀ ਵਾਰੀ ਫਰਾਂਸ ਦੇ ਰਾਜਾ ਰਾਣੀ ਦੇ ਸਾਹਮਣੇ ਗੁਬਾਰੇ ਨਾਲ ਬੰਨੀ ਇੱਕ ਟੋਕਰੀ ਵਿੱਚ ਭੇਡ, ਮੁਰਗਾ ਅਤੇ ਬੱਤਖ ਨੂੰ ਬਿਠਾ ਕੇ ਉਡਾਇਆ ਗਿਆ। ਉਸ ਤੋਂ ਬਾਅਦ ਮਨੁੱਖ ਨੇ
ਇਹ ਖੋਜ ਕਰ ਲਈ ਕਿ ਇਸ ਤਰ੍ਹਾਂ ਅਸੀਂ ਉੱਡ ਸਕਦੇ ਹਾਂ, ਅਤੇ ਉਹ ਵੀ ਇਸ ਟੋਕਰੀ ਵਿੱਚ ਬਹਿ ਕੇ ਉੱਡਿਆ। ਇਹ ਮਨੁੱਖ ਦੀ ਪਹਿਲੀ ਉਡਾਣ ਸੀ। ਉਹ ਫਿਰ ਉਸਦੇ ਪਿਤਾ ਜੀ ਅੱਗੇ ਦੱਸਦੇ ਹੈ ਕਿ ਫਿਰ ਫਰਾਂਸ ਵਿੱਚ ਹਾਈਡਰੋਜਨ ਗੈਸ ਨਾਲ ਭਰੇ ਗੁਬਾਰੇ ਉਡਾਏ ਗਏ। ਹਾਈਡਰੋਜਨ ਹਵਾ ਨਾਲੋਂ 14 ਗੁਣਾ ਹਲਕੀ ਹੁੰਦੀ ਹੈ। ਇਹ ਗੁਬਾਰੇ ਨੂੰ ਹੋਰ ਉਤਾਂਹ ਲੈ ਜਾਂਦੀ ਹੈ, ਪਰ ਗੁਬਾਰੇ ਦੀ ਉਡਾਣ ਹਵਾ ਦੀ ਦਿਸ਼ਾ ਉੱਪਰ ਨਿਰਭਰ ਕਰਦੀ ਹੈ ਅਤੇ ਇਹ ਹਵਾ ਦੇ ਵਹਾਅ ਨਾਲ ਇੱਧਰ ਉੱਧਰ ਉੱਡਦਾ ਜਾਂਦਾ ਹੈ। ਫਿਰ ਗੈਸ ਦੇ ਭਰੇ ਗੁਬਾਰੇ ਨਾਲ ਭਾਫ਼ ਨਾਲ ਚੱਲਣ ਵਾਲੇ ਇੰਜਨ ਲਾ ਕੇ ਪਹਿਲੇ ਏਅਰਸ਼ਿਪ ਤਿਆਰ ਕੀਤੇ ਗਏ। ਪਰ ਮਨੁੱਖ ਇੱਕ ਅਜਿਹਾ ਜਹਾਜ਼ ਤਿਆਰ ਕਰਨਾ ਚਾਹੁੰਦਾ ਸੀ ਜੋ ਬਹੁਤ ਸ਼ਕਤੀਸ਼ਾਲੀ ਹੋਵੇ। ਤਾਂ ਅੱਗੇ ਉਸਦੇ ਪਿਤਾ ਜੀ ਦੱਸਦੇ ਹੈ ਕਿ ਫਿਰ ਇਸ ਤੋਂ ਬਾਅਦ ਕੀ ਹੋਰ ਖੋਜ ਨੂੰ ਇੰਪਰੂਵ ਕਿਵੇਂ ਕਰ ਲਿਆ ਗਿਆ ਕਿ ਹਾਈਡਰੋਜਨ ਨਾਲ ਭਰੇ ਗੁਬਾਰੇ ਆ ਜਿਹੜੇ ਉਹ ਉਡਾਏ ਜਾਂਦੇ ਸੀ। ਹਾਈਡਰੋਜਨ ਜਿਹੜੀ ਹੁੰਦੀ ਹੈ ਬੇਟਾ ਉਹ ਹਵਾ ਨਾਲੋਂ 14 ਗੁਣਾ ਹਲਕੀ ਹੁੰਦੀ ਹੈ, ਇਸ ਕਰਕੇ ਉਹ ਗੁਬਾਰੇ ਨੂੰ ਉੱਪਰ ਲੈ ਜਾਂਦੀ ਹੈ। ਪਰ ਇਹਦੇ ਵਿੱਚ ਕੀ ਕਮੀ ਸੀ ਕਿ ਇਹ ਜਿਹੜੇ ਗੁਬਾਰੇ ਆ ਇਹ ਹਵਾ ਦੇ ਵਹਾਅ ਦੇ ਨਾਲ ਇੱਧਰ ਉੱਧਰ ਉੱਡ ਜਾਂਦੇ ਸੀ। ਉਸ ਤੋਂ ਬਾਅਦ ਫਿਰ ਕੀ ਇਸ ਦੇ ਵਿੱਚ ਹੋਰ ਇੰਪਰੂਵਮੈਂਟ ਕੀ ਕੀਤੀ ਗਈ ਕਿ ਜਿਹੜੇ ਗੁਬਾਰੇ ਸੀ ਉਹਨਾਂ ਨਾਲ ਭਾਫ਼ ਵਾਲੇ ਇੰਜਨ ਲਾ ਕੇ ਏਅਰਸ਼ਿਪ ਤਿਆਰ ਕੀਤੇ ਗਏ। ਪਰ ਨਾਲ ਨਾਲ ਮਨੁੱਖ ਕੀ ਚਾਹੁੰਦਾ ਸੀ ਕਿ ਇੱਕ ਬਹੁਤ ਸ਼ਕਤੀਸ਼ਾਲੀ ਜਿਹੜਾ ਜਹਾਜ਼ ਹੈ ਉਹ ਤਿਆਰ ਕਰਨਾ ਚਾਹੁੰਦਾ ਸੀ। ਇਹੋ ਜਿਹਾ ਸ਼ਕਤੀਸ਼ਾਲੀ ਜਿਹਾ ਜਿਹਾ ਹੁਣ ਸਾਡੇ ਕੋਠੇ ਉੱਪਰੋਂ ਲੰਘਿਆ ਹੈ। ਉਸਦੇ ਪਿਤਾ ਜੀ ਨੇ ਅੱਗੇ ਦੱਸਿਆ ਕਿ ਉਹ ਐਸਾ ਹੀ ਸ਼ਕਤੀਸ਼ਾਲੀ ਜਹਾਜ਼ ਚਾਹੁੰਦਾ ਸੀ ਜਿਹੋ ਜਿਹਾ ਅਸੀਂ ਹੁਣੇ ਹੁਣੇ ਦੇਖਿਆ ਕੋਠੇ ਉੱਪਰੋਂ। ਹਾਂ ਪੁੱਤਰ, ਮਨੁੱਖ ਇੱਕ ਅਜਿਹੇ ਇੰਜਨ ਦੀ ਤਲਾਸ਼ ਵਿੱਚ ਸੀ ਜਿਹੜਾ ਸ਼ਕਤੀਸ਼ਾਲੀ ਤਾਂ ਹੋਵੇ ਹੀ ਪਰ ਭਾਰ ਵਿੱਚ ਵੀ ਹਲਕਾ ਹੋਵੇ। ਫਿਰ ਇੱਕ ਦਿਨ ਅਮਰੀਕਾ ਦੇ ਦੋ ਰਾਈਟ ਭਰਾਵਾਂ ਨੇ ਪਹਿਲੀ ਵਾਰ ਅਮਰੀਕਾ ਵਿੱਚ ਕਿੱਟੀ ਹਾਕ ਦੇ ਸਥਾਨ 'ਤੇ ਇੱਕ ਸ਼ਕਤੀਸ਼ਾਲੀ ਜਹਾਜ਼ ਉਡਾਇਆ, ਪਰ ਇਹ ਵੀ ਥੋੜ੍ਹੀ ਦੂਰੀ ਹੀ ਤੈਅ ਕਰ ਸਕਿਆ। ਫਿਰ ਉਸਦੇ ਪਿਤਾ ਜੀ ਦੱਸਦੇ ਹੈ ਕਿ ਮਨੁੱਖ ਅਜਿਹਾ ਇੰਜਨ ਬਣਾਉਣਾ ਚਾਹੁੰਦਾ ਸੀ, ਤਲਾਸ਼ ਹੁੰਦਾ ਖੋਜ, ਤਾਂ ਐਸਾ ਇੰਜਨ ਦੀ ਖੋਜ ਵਿੱਚ ਸੀ ਕਿ ਜਿਹੜਾ ਬਹੁਤ ਹਲਕਾ ਹੋਵੇ, ਭਾਰ ਨਾ ਜ਼ਿਆਦਾ ਹੋਵੇ ਪਰ ਸ਼ਕਤੀਸ਼ਾਲੀ ਬਹੁਤ ਹੋਵੇ। ਫਿਰ ਅਮਰੀਕਾ ਦੇ ਦੋ ਰਾਈਟ ਬ੍ਰਦਰਸ, ਆਪਾਂ ਪੜ੍ਹਦੇ ਹਾਂ ਨਾ ਕਿ ਰਾਈਟ ਬ੍ਰਦਰਸ ਨੇ ਮਤਲਬ ਕਿ ਜਿਹੜਾ ਇਹਦਾ ਐਰੋਪਲੇਨ ਦੀ ਖੋਜ ਕੀਤੀ ਸੀ, ਤਾਂ ਉਹਨਾਂ ਨੇ ਕਿਟੀ ਹਾਕ ਨਾਂ ਦਾ ਇੱਕ ਸਥਾਨ ਹੈ ਅਮੈਰੀਕਾ ਦੇ ਵਿੱਚ, ਉੱਥੇ ਪਹਿਲਾਂ ਇੱਕ ਸ਼ਕਤੀਸ਼ਾਲੀ ਜਹਾਜ਼ ਉਡਾਇਆ ਸੀ, ਪਰ ਇਹ ਵੀ ਬਾਹਲੀ ਦੂਰੀ ਤੈਅ ਨਹੀਂ ਸੀ ਕਰ ਸਕਿਆ, ਥੋੜ੍ਹੀ ਦੂਰੀ ਹੀ ਤੈਅ ਕੀਤੀ ਇਹਨਾਂ ਨੇ। ਪਾਪਾ, ਇਸ ਤੋਂ ਬਾਅਦ ਕੀ ਹੋਇਆ? ਮੇਰੀ ਉਤਸੁਕਤਾ ਵੱਧ ਰਹੀ ਸੀ। ਉਤਸੁਕਤਾ ਕੀ ਹੁੰਦੀ ਹੈ ਬੇਟਾ? ਉਹਦੀ ਹੈਰਾਨੀ ਵੱਧ ਰਹੀ ਸੀ, ਜਾਣਨ ਦੀ ਇੱਛਾ ਵੱਧ ਰਹੀ ਸੀ। ਅਮਰੀਕਾ ਦੇ ਰਾਈਟ ਭਰਾਵਾਂ ਦੀ ਇਸ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਯੂਰਪ ਵਿੱਚ ਜਹਾਜ਼ ਬਣਾਉਣ ਦੀ ਦੌੜ ਸ਼ੁਰੂ ਹੋ ਗਈ। ਹੋਰ ਜ਼ਿਆਦਾ ਦੂਰੀ ਤੱਕ ਉਡਾਣ ਭਰਨ ਵਾਲੇ ਜਹਾਜ਼ ਤਿਆਰ ਕੀਤੇ ਗਏ। ਹਵਾਈ ਜਹਾਜ਼ ਦਾ ਉਦਯੋਗ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕਾ ਸੀ। ਪਹਿਲੇ ਮਹਾਂਯੁੱਧ ਵਿੱਚ ਇਹਨਾਂ ਦੀ ਵਰਤੋਂ ਕੀਤੀ ਗਈ, ਪਰ ਪਹਿਲੀ ਯਾਤਰੀ ਉਡਾਣ ਲੰਡਨ ਅਤੇ ਪੈਰਿਸ ਦੇ ਵਿਚਕਾਰ ਸ਼ੁਰੂ ਹੋਈ। ਪਹਿਲੇ ਜਹਾਜ਼ ਦੀ ਰਫ਼ਤਾਰ 100 ਮੀਲ ਪ੍ਰਤੀ ਘੰਟਾ ਸੀ, ਜਿਹੜੀ ਕਿ ਸਮੇਂ ਨਾਲ ਵੱਧਦੀ ਗਈ। ਹਵਾਈ ਜਹਾਜ਼ ਉਡਾਉਣ ਵਾਲੇ ਨੂੰ ਕੀ ਆਖਦੇ ਹਨ? ਮੈਂ ਪੁੱਛਿਆ। ਉਸ ਤੋਂ ਬਾਅਦ ਬੇਟਾ ਕੀ ਹੋਇਆ ਕਿ ਉਸ ਜਦੋਂ ਉਹ ਹੈਰਾਨ ਹੋ ਰਹੀ ਸੀ, ਤਾਂ ਫਿਰ ਅੱਗੇ ਉਹਦੇ ਪਾਪਾ ਨੇ ਦੱਸਿਆ ਕਿ ਰਾਈਟ ਭਰਾਵਾਂ ਦੀ ਇਸ ਖੋਜ ਤੋਂ ਬਾਅਦ ਇੱਕ ਦੌੜ ਚੱਲ ਪਈ ਹਵਾਈ ਜਹਾਜ਼ ਬਣਾਉਣ ਦੀ ਯੂਰਪ ਕੰਟਰੀਜ਼ ਦੇ ਵਿੱਚ। ਤਾਂ ਉਹਨਾਂ ਨੇ ਹੋਰ ਖੋਜਾਂ ਕਰਕੇ ਵਧੀਆ ਤੋਂ ਵਧੀਆ ਜਹਾਜ਼ ਆ ਜਿਹੜੇ ਉਹ ਬਣਾਉਣੇ ਸ਼ੁਰੂ ਕੀਤੇ, ਅਤੇ ਫਿਰ ਪਹਿਲੇ ਮਹਾਂਯੁੱਧ ਆ ਜਿਹੜੇ ਮਹਾਂਯੁੱਧ ਹੋਇਆ ਸੀ, ਜਿਹੜਾ ਪਹਿਲਾ ਮਹਾਂਯੁੱਧ, ਉਹਦੇ ਵਿੱਚ ਵੀ ਮਤਲਬ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਸੀ। ਤਾਂ ਪਹਿਲਾ ਜਿਹੜਾ ਯਾਤਰੀ ਜਹਾਜ਼ ਬਣਾਇਆ ਗਿਆ ਸੀ, ਜਿਹਦੇ ਵਿੱਚ ਉਡਾਣ ਭਰੀ ਗਈ ਸੀ, ਯਾਤਰੀਆਂ ਨੇ ਉਡਾਣ ਭਰੀ ਸੀ, ਉਹ ਲੰਡਨ ਤੋਂ ਪੈਰਿਸ ਵਿੱਚ ਦੇ ਵਿਚਕਾਰ ਸ਼ੁਰੂ ਹੋਈ ਸੀ, ਉਹ ਪਹਿਲੀ ਯਾਤਰਾ। ਅਤੇ ਪਹਿਲੇ ਜਹਾਜ਼ ਦੀ ਰਫ਼ਤਾਰ ਸੀ 100 ਮੀਲ ਪ੍ਰਤੀ ਘੰਟਾ। ਉਸ ਤੋਂ ਬਾਅਦ ਲੜਕੀ ਨੇ ਪੁੱਛਿਆ ਕਿ ਹਵਾਈ ਜਹਾਜ਼ ਚਲਾਉਣ ਵਾਲੇ ਨੂੰ ਕਹਿੰਦੇ ਕੀ ਹੈ? ਬੇਟਾ, ਹਵਾਈ ਜਹਾਜ਼ ਉਡਾਉਣ ਵਾਲੇ ਨੂੰ ਪਾਇਲਟ ਆਖਦੇ ਹਨ। ਅਖਬਾਰ ਪੜ੍ਹਦਿਆਂ ਪਾਪਾ ਦੀ ਥਾਂ ਮੰਮੀ ਨੇ ਕਿਹਾ, ਹੁਣ ਤੱਕ ਜਹਾਜ਼ਾਂ ਵਿੱਚ ਹਰ ਤਰੀਕੇ ਨਾਲ ਸੁਧਾਰ ਹੋ ਚੁੱਕਿਆ ਹੈ। ਹਰੇਕ ਦੇਸ਼ ਵਿੱਚ ਕਿੰਨੀਆਂ ਹੀ ਨਵੀਆਂ ਏਅਰਲਾਈਨਜ਼ ਹੋਂਦ ਵਿੱਚ ਆ ਗਈਆਂ ਨੇ, ਅਤੇ ਜਹਾਜ਼ਾਂ ਦੇ ਉਡਾਉਣ ਅਤੇ ਉਤਰਨ ਲਈ ਹਵਾਈ ਅੱਡੇ ਬਣ ਚੁੱਕੇ ਹਨ। ਭਾਰੀ ਸਮਾਨ ਅਤੇ ਮੁਸਾਫਰਾਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਬਣਾਏ ਗਏ ਹਨ। ਮੈਂ ਖੁਸ਼ ਸਾਂ, ਮੈਨੂੰ ਹਵਾਈ ਜਹਾਜ਼ ਬਾਰੇ ਕਿੰਨਾ ਕੁਝ ਪਤਾ ਲੱਗ ਗਿਆ ਸੀ। ਇਸ ਤੋਂ ਬਾਅਦ ਜਦੋਂ ਉਹਨੇ ਪੁੱਛਿਆ, ਤਾਂ ਉਹਦੇ ਪਾਪਾ ਦੀ ਥਾਂ ਮੰਮੀ ਨੇ ਬੋਲਿਆ ਕਿ ਬੇਟਾ, ਹਵਾਈ ਜਹਾਜ਼ ਵਾਲੇ ਨੂੰ ਚਲਾਉਣ ਵਾਲੇ ਨੂੰ ਅਸੀਂ ਪਾਇਲਟ ਕਹਿੰਦੇ ਹਾਂ, ਜਿਹੜੇ ਉਹਦੇ ਮੰਮਾ ਅਖਬਾਰ ਪੜ੍ਹ ਰਹੇ ਸੀ। ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਹੁਣ ਬਹੁਤ ਜਿਹੜਾ ਸੁਧਾਰ ਹੋ ਚੁੱਕਿਆ ਹਵਾਈ ਜਹਾਜ਼ ਦੇ ਵਿੱਚ, ਨਵੀਆਂ ਨਵੀਆਂ ਏਅਰਲਾਈਨਜ਼ ਜਿਹੜੀਆਂ ਉਹ ਹੋਂਦ ਵਿੱਚ ਆ ਗਈਆਂ ਨੇ, ਜਹਾਜ਼ਾਂ ਦੇ ਉਤਰਨ ਲਈ ਹਵਾਈ ਅੱਡੇ ਬਣਾਏ ਗਏ ਹੈ। ਤਾਂ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ, ਮੁਸਾਫਰਾਂ ਦੇ ਲਈ ਜਹਾਜ਼ਾਂ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜਾ ਭਾਰੀ ਸਮਾਨ ਹੈ
ਉਹ ਵੀ ਜਹਾਜ਼ਾਂ ਦੇ ਰਾਹੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਇਆ ਜਾਂਦਾ ਹੈ। ਹੁਣ ਜੋ ਲੜਕੀ ਸੀ ਬਹੁਤ ਖੁਸ਼ ਸੀ ਕਿ ਉਸਨੂੰ ਹਵਾਈ ਜਹਾਜ਼ ਬਾਰੇ ਬਹੁਤ ਕੁਝ ਪਤਾ ਲੱਗ ਗਿਆ ਸੀ। ਹਵਾਈ ਜਹਾਜ਼ ਹੋਰ ਵੀ ਬਹੁਤ ਕੰਮ ਆਉਂਦੇ ਨੇ, ਪਾਪਾ ਅਜੇ ਦੱਸ ਹੀ ਰਹੇ ਸਨ। ਪਾਪਾ ਹੋਰ ਕਿਹੜੇ ਕੰਮ, ਮੈਂ ਪੁੱਛਿਆ। ਹਵਾਈ ਜਹਾਜ਼ ਰਾਹੀਂ ਅਨਾਜ ਅਤੇ ਹੋਰ ਲੋੜ ਦੀਆਂ ਵਸਤਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਾਈਆਂ ਜਾਂਦੀਆਂ ਹਨ। ਇਹ ਕੰਮ ਤਾਂ ਟਰੱਕ, ਟੈਂਕਰ, ਰੇਲ ਗੱਡੀਆਂ ਅਤੇ ਬੱਸਾਂ ਵੀ ਕਰ ਸਕਦੀਆਂ ਹਨ। ਪਰ ਬੇਟਾ, ਇੱਕ ਤਾਂ ਟਰੱਕ, ਟੈਂਕਰ, ਬੱਸਾਂ, ਰੇਲ ਗੱਡੀਆਂ ਆਦਿ ਬਹੁਤ ਸਮਾਂ ਲੈਂਦੀਆਂ ਹਨ। ਹਰ ਥਾਂ ਇਹ ਸਭ ਜਾ ਵੀ ਨਹੀਂ ਸਕਦੀਆਂ। ਜਿਵੇਂ ਹੜ੍ਹ ਵੇਲੇ ਫੌਰੀ ਮਦਦ, ਫੌਰੀ ਕੀ ਹੁੰਦਾ, ਤੁਰੰਤ ਮਦਦ ਦੀ ਲੋੜ ਹੁੰਦੀ ਹੈ। ਹੜ੍ਹ ਪੀੜਤਾਂ ਲਈ ਖਾਣੇ ਦੇ ਪੈਕਟ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਜਹਾਜ਼ਾਂ ਰਾਹੀਂ ਹੀ ਸੁੱਟੀਆਂ ਜਾਂਦੀਆਂ ਹਨ। ਦੁਸ਼ਮਣ ਨਾਲ ਲੜ ਰਹੇ ਸਾਡੇ ਜਵਾਨਾਂ ਤੱਕ ਰਸਦ ਪਹੁੰਚਾਉਣੀ, ਰਸਦ ਕੀ ਹੁੰਦਾ, ਰਾਸ਼ਨ, ਜ਼ਖਮੀ ਜਵਾਨਾਂ ਨੂੰ ਫੌਰੀ ਡਾਕਟਰੀ ਮਦਦ ਦੇਣ 'ਚ ਵੀ ਹਵਾਈ ਜਹਾਜ਼ ਸਹਾਈ ਹੁੰਦੇ ਹਨ। ਜਿੱਥੇ ਪੈਦਲ ਵੀ ਨਹੀਂ ਜਾਇਆ ਜਾ ਸਕਦਾ, ਉਸ ਔਖੇ ਪੈਂਡੇ 'ਤੇ ਵੀ ਹਵਾਈ ਜਹਾਜ਼ ਪਹੁੰਚਦਾ ਹੈ। ਇਸ ਤਰ੍ਹਾਂ ਫਿਰ ਉਹ ਲੜਕੀ ਕਹਿੰਦੀ ਕਿ ਮੈਨੂੰ ਹੋਰ ਕੁਛ ਜਾਣਨ ਦੀ ਇੱਛਾ ਸੀ, ਤਾਂ ਮੈਂ ਆਪਣੇ ਪਾਪਾ ਨੂੰ ਪੁੱਛਿਆ ਵੀ ਹੋਰ ਕਿਹੜੇ ਕੰਮ ਆਉਂਦੇ ਆ, ਤਾਂ ਉਸਦੇ ਪਾਪਾ ਨੇ ਦੱਸਿਆ ਵੀ ਜਿਹੜਾ ਅਨਾਜ ਜਾਂ ਹੋਰ ਲੋੜੀਦੀਆਂ ਵਸਤਾਂ ਇੱਕ ਥਾਂ ਤੋਂ ਦੂਜੀ ਥਾਂ ਹਵਾਈ ਜਹਾਜ਼ਾਂ ਨਾਲ ਪਹੁੰਚਾਈਆਂ ਜਾਂਦੀਆਂ। ਫਿਰ ਲੜਕੀ ਪੁੱਛਣ ਲੱਗੀ ਵੀ ਇਹ ਤਾਂ ਕੰਮ ਟਰੈਂਕਰ ਟਰੱਕ ਅਤੇ ਰੇਲ ਗੱਡੀਆਂ ਬੱਸਾਂ ਵੀ ਕਰ ਸਕਦੀਆਂ। ਪਰ ਉਸਦੇ ਪਾਪਾ ਨੇ ਦੱਸਿਆ ਕਿ ਹਵਾਈ ਜਹਾਜ਼ ਉੱਥੇ ਵੀ ਪਹੁੰਚ ਸਕਦਾ ਜਿੱਥੇ ਇਹ ਚੀਜ਼ਾਂ ਨਹੀਂ ਪਹੁੰਚ ਸਕਦੀਆਂ, ਜਿਵੇਂ ਹੜ੍ਹ ਪੀੜਤ ਲੋਕਾਂ ਕੋਲ ਜ਼ਰੂਰੀ ਸਮਾਨ ਪਹੁੰਚਾਉਣ ਲਈ, ਲੜਾਈ ਦੇ ਮੈਦਾਨ ਵਿੱਚ ਲੜ ਰਹੇ ਸਾਡੇ ਜਵਾਨਾਂ ਨੂੰ ਜ਼ਰੂਰੀ ਵਸਤਾਂ ਅਤੇ ਡਾਕਟਰੀ ਸਹਾਇਤਾ ਦੇਣ ਲਈ। ਜਿੱਥੇ ਅਸੀਂ ਪੈਦਲ ਨਹੀਂ ਪਹੁੰਚ ਸਕਦੇ, ਉੱਥੇ ਕੀ ਹੈ, ਹਵਾਈ ਜਹਾਜ਼ ਪਹੁੰਚ ਜਾਂਦਾ ਹੈ। ਮੰਮੀ, ਫਿਰ ਤਾਂ ਹਵਾਈ ਜਹਾਜ਼ ਸਾਡੇ ਬਹੁਤ ਸਾਰੇ ਕੰਮ ਸਵਾਰਦੇ ਹਨ। ਬੇਟੀ, ਹਵਾਈ ਜਹਾਜ਼ਾਂ ਨੇ ਤਾਂ ਦੁਨੀਆ ਦੇ ਲੋਕਾਂ ਨੂੰ ਇੱਕ ਦੂਜੇ ਦੇ ਬਹੁਤ ਨੇੜੇ ਲੈ ਆਉਂਦਾ ਹੈ। ਹੁਣ ਤਾਂ ਸਵੇਰ ਦੀ ਰੋਟੀ ਚੰਡੀਗੜ੍ਹ, ਦੁਪਹਿਰ ਦੀ ਦਿੱਲੀ ਅਤੇ ਰਾਤ ਦਾ ਖਾਣਾ ਸਿੰਗਾਪੁਰ ਖਾਧਾ ਜਾ ਸਕਦਾ ਹੈ। ਅੱਛਾ, ਮੈਂ ਹੈਰਾਨ ਜਿਹੀ ਹੋ ਕੇ ਬੋਲੀ, ਫਿਰ ਤਾਂ ਮੈਂ ਵੀ ਪਾਇਲਟ ਬਣਾਂਗੀ ਅਤੇ ਸਾਰੀ ਦੁਨੀਆ ਦੀ ਸੈਰ ਕਰਾਂਗੀ। ਮੇਰਾ ਜਵਾਬ ਸੁਣ ਕੇ ਮੰਮੀ ਅਤੇ ਪਾਪਾ ਦੋਵੇਂ ਬਹੁਤ ਖੁਸ਼ ਹੋਏ। ਤਾਂ ਫਿਰ ਉਸਦੇ ਮੰਮੀ ਕਹਿੰਦੇ ਕਿ ਹਾਂ ਬੇਟਾ, ਵੀ ਹਵਾਈ ਜਹਾਜ਼ ਹੈ ਜਿਹੜਾ, ਇਹ ਸਾਡੇ ਬਹੁਤ ਸਾਰੇ ਕੰਮ ਹੈ ਜਿਹੜੇ ਉਹਨਾਂ ਨੂੰ ਸੌਖੇ ਕਰ ਦਿੰਦਾ, ਸਵਾਰ ਦਿੰਦਾ। ਹੁਣ ਤਾਂ ਦੁਨੀਆ ਹਵਾਈ ਜਹਾਜ਼ ਦੀ ਯਾਤਰਾ ਕਰਕੇ ਇੱਕ ਦੂਜੇ ਦੇ ਇੰਨਾ ਨੇੜੇ ਹੋ ਗਈ ਹੈ ਕਿ ਅਸੀਂ ਜਲਦੀ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਜਾਂਦੇ ਹਾਂ। ਜਿਵੇਂ ਕਿ ਸਵੇਰ ਦੀ ਰੋਟੀ ਚੰਡੀਗੜ੍ਹ, ਦੁਪਹਿਰ ਦੀ ਦਿੱਲੀ ਅਤੇ ਰਾਤ ਦਾ ਖਾਣਾ ਸਿੰਗਾਪੁਰ ਅਸੀਂ ਖਾ ਸਕਦੇ ਹਾਂ ਹਵਾਈ ਜਹਾਜ਼ ਦੇ ਰਾਹੀਂ। ਇਸ ਤਰ੍ਹਾਂ ਲੜਕੀ ਨੂੰ ਬਹੁਤ ਹੈਰਾਨੀ ਹੋਈ ਅਤੇ ਉਹਨੇ ਖੁਸ਼ੀ ਵਿੱਚ ਕਿਹਾ ਕਿ ਮੈਂ ਵੱਡੀ ਹੋ ਕੇ ਪਾਇਲਟ ਬਣਾਂਗੀ ਅਤੇ ਸਾਰੀ ਦੁਨੀਆ ਦੀ ਸੈਰ ਕਰਾਂਗੀ। ਅਤੇ ਉਸਦਾ ਜਵਾਬ ਸੁਣ ਕੇ ਉਸਦੇ ਮੰਮੀ ਪਾਪਾ ਦੋਨੇ ਬਹੁਤ ਖੁਸ਼ ਹੋਏ। ਇਸ ਤਰ੍ਹਾਂ ਬੇਟਾ, ਇਸ ਕਹਾਣੀ ਵਿੱਚ ਅਸੀਂ ਸਿੱਖਿਆ ਕਿ ਕਿਸ ਤਰ੍ਹਾਂ ਹਵਾਈ ਜਹਾਜ਼ ਹੈ ਜਿਹੜਾ, ਉਹ ਹੋਂਦ ਵਿੱਚ ਆਇਆ। ਠੀਕ ਹੈ, ਅਤੇ ਇਸ ਕੋਈ ਵੀ ਚੀਜ਼ ਬੇਟਾ ਬਣਦੀ ਹੈ, ਉਹਦੇ ਪਿੱਛੇ ਕੋਈ ਨਾ ਕੋਈ ਕਹਾਣੀ ਛੁਪੀ ਹੁੰਦੀ ਹੈ। ਅਤੇ ਇਸ ਦੇ ਵਿੱਚ ਅਸੀਂ ਅੱਜ ਹਵਾਈ ਜਹਾਜ਼ ਦੇ ਬਣਨ ਦੀ ਕਹਾਣੀ ਸਿੱਖੀ। ਇਸ ਤੋਂ ਬਾਅਦ ਇਹਦੇ ਸੰਬੰਧਿਤ ਜਿਹੜੇ ਸ਼ਬਦ ਅਰਥ ਹੈ ਬੇਟਾ, ਉਹ ਤੁਸੀਂ ਪੜ੍ਹ ਲੈਣੇ ਹੈ। ਉਸ ਤੋਂ ਬਾਅਦ ਪਾਠ ਦੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੈ, ਉਹ ਹੱਲ ਕਰਨੇ ਹੈ ਜੀ ਤੁਸੀਂ। ਵਸਤੂਨਿਸ਼ਠ ਪ੍ਰਸ਼ਨ ਹੈ, ਉਹਨਾਂ ਦੇ ਉੱਤਰ ਹੈ, ਉਹ ਲੱਭਣੇ ਹੈ। ਉਸ ਤੋਂ ਬਾਅਦ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਆ ਗਏ, ਵੱਡੇ ਉੱਤਰਾਂ ਵਾਲੇ ਪ੍ਰਸ਼ਨ ਆ ਗਏ ਜੀ। ਉਸ ਤੋਂ ਅੱਗੇ ਕੁਝ ਸ਼ਬਦ ਹੈ ਜਿਹੜੇ ਬੇਟਾ, ਉਹ ਤੁਸੀਂ ਦੱਸਣੇ ਹੈ ਕਿ ਕਿਸ ਨੇ ਕਿਸ ਨੂੰ ਕਹੇ। ਅੱਗੇ ਖਾਲੀ ਥਾਵਾਂ ਭਰਨੀਆਂ ਨੇ, ਹੇਠਾਂ ਸ਼ਬਦ ਦਿੱਤੇ ਗਏ, ਇਹਨਾਂ ਦੇ ਵਿੱਚੋਂ ਚੁਣ ਕੇ ਇਹਨਾਂ ਖਾਲੀ ਥਾਵਾਂ ਨੂੰ ਤੁਸੀਂ ਭਰ ਦੇਣਾ। ਉਸ ਤੋਂ ਬਾਅਦ ਵਿਆਕਰਨ ਦੇ ਵਿੱਚ ਪਹਿਲਾ ਪ੍ਰਸ਼ਨ ਊੜਾ ਹੈ, ਉਲਟ ਅਰਥਾਂ ਵਾਲੇ ਸ਼ਬਦ ਹੇਠੋਂ ਚੁਣ ਕੇ ਲਿਖਣੇ ਹੈ। ਪ੍ਰਸ਼ਨ ਆੜਾ ਦੇ ਵਿੱਚ ਸਮਾਨ ਅਰਥਾਂ ਵਾਲੇ ਸ਼ਬਦ, ਉਲਟ ਤੁਹਾਨੂੰ ਪਤਾ ਹੀ ਹੈ ਵੀ ਵਿਰੋਧੀ ਹੁੰਦੇ ਆ, ਅਤੇ ਸਮਾਨ ਜਿਹੜੇ ਇੱਕੋ ਜਿਹੇ ਅਰਥਾਂ ਵਾਲੇ ਹੁੰਦੇ ਆ। ਇਸ ਤਰ੍ਹਾਂ ਨਾਲ ਤੁਸੀਂ ਇਹਨਾਂ ਨੂੰ ਚੁਣ ਲੈਣਾ। ਉਸ ਤੋਂ ਬਾਅਦ ਬੇਟਾ, ਕੁਝ ਵਚਨ ਬਦਲੋ ਦੀਆਂ ਇਹਦੇ ਵਿੱਚ ਉਦਾਹਰਨਾਂ ਦਿੱਤੀਆਂ ਗਈਆਂ ਨੇ ਕਿ ਕੁਝ ਜਿਹੜੇ ਵਚਨ ਹੈ ਉਹ ਐਜ਼ ਇਟ ਇਜ਼ ਉਵੇਂ ਹੀ ਰਹਿੰਦੇ ਆ, ਜੇ ਅਸੀਂ ਇੱਕ ਲਈ ਵਰਤੀਏ ਜਾਂ ਬਹੁਤਿਆਂ ਲਈ ਵਰਤੀਏ। ਤਾਂ ਉਸੇ ਤਰ੍ਹਾਂ ਦੇ ਕੁਝ ਸ਼ਬਦ ਦਿੱਤੇ ਗਏ ਆ ਜਿਨ੍ਹਾਂ ਦੇ ਤੁਸੀਂ ਵਚਨ ਬਦਲੀ ਹੈ ਜਿਹੜੇ ਉਹ ਕਰਨੇ ਹਨ। ਉਸ ਤੋਂ ਅੱਗੇ ਯੋਗਤਾ ਵਿਸਥਾਰ ਦਾ ਪ੍ਰਸ਼ਨ ਹੈ ਬੇਟਾ, ਜਿਸ ਤਰ੍ਹਾਂ ਲੜਕੀ ਦਾ ਸੁਪਨਾ ਸੀ ਪਾਇਲਟ ਬਣਨ ਦਾ, ਤੁਹਾਡਾ ਕਿਹੜਾ ਸੁਪਨਾ ਹੈ ਉਹਨੂੰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਲਿਖਣਾ ਹੈ। ਇਸ ਤੋਂ ਇਲਾਵਾ ਜਿਵੇਂ ਇਸ ਕਹਾਣੀ ਦੇ ਵਿੱਚ ਅਸੀਂ ਹਵਾਈ ਜਹਾਜ਼ ਦੀ ਕਹਾਣੀ ਪੜ੍ਹੀ ਕਿ ਕਿਸ ਤਰ੍ਹਾਂ ਹੋਂਦ ਵਿੱਚ ਆਇਆ, ਤੁਸੀਂ ਕਿਸੇ ਵੀ ਇੱਕ ਚੀਜ਼, ਕੋਈ ਸਾਈਕਲ ਦੀ ਕਹਾਣੀ, ਰੇਲ ਇੰਜਣ ਦੀ ਕਹਾਣੀ ਹੈ ਜਿਹੜੀ, ਉਹਦੀ ਕਾਢ ਬਾਰੇ ਕਹਾਣੀ ਹੈ ਜਿਹੜੀ, ਉਹ ਆਪਣੇ ਸ਼ਬਦਾਂ ਵਿੱਚ ਲਿਖ ਸਕਦੇ ਹੋ। ਤੁਸੀਂ ਆਪਣੇ ਕਹਾਣੀ ਨੂੰ ਸਮਝ ਕੇ ਪ੍ਰਸ਼ਨਾਂ ਦੇ ਉੱਤਰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਸ ਤੋਂ ਬਾਅਦ ਅਗਲੇ ਜਿਹੜੇ ਇਸ ਕਹਾਣੀ ਦੇ ਉੱਤਰ ਨੇ ਮੈਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਸਾਂਝੇ ਕਰਾਂਗੀ। ਤਦ ਤੱਕ ਲਈ ਧੰਨਵਾਦ।